ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਰੂਪਰੇਖਾ ਸਮੇਂ-ਸਮੇਂ ਤੇ ਬਦਲਦੀ ਰਹੀ ਹੈ ਇੱਕ ਸਮਾਂ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਪੰਜਾਬ ਸਤਲੁਜ ਤੋਂ ਲੈ ਕੇ ਪੇਸ਼ਾਵਰ ਤੱਕ ਸੀਗਾ ਤੇ ਕਸ਼ਮੀਰ ਤੋਂ ਲੈ ਕੇ ਮੁਲਤਾਨ ਤੱਕ ਸੀਗਾ ਫਿਰ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਆ ਉਸ ਤੋਂ ਬਾਅਦ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਹੈ ਤੇ ਆਜ਼ਾਦੀ ਤੋਂ ਬਾਅਦ 1966 ਦੇ ਵਿੱਚ ਫਿਰ ਤੋਂ ਪੰਜਾਬ ਦੀ ਵੰਡ ਹੁੰਦੀ ਹੈ ਤੇ ਜਿਹੜਾ ਮੌਜੂਦਾ ਪੰਜਾਬ ਆ ਉਹ ਸਾਨੂੰ ਮਿਲ ਜਾਂਦਾ ਆ ਹੁਣ ਇਹਦੇ ਬਹੁਤ ਸਾਰੇ ਆ ਪ੍ਰਚਾਰਕ ਕਹਿ ਲੋ ਜਾਂ ਬਹੁਤ ਸਾਰੇ ਬੁੱਧੀਜੀਵੀ ਕਹਿ ਲੋ ਜਿਹੜੇ ਮੰਨਦੇ ਆ ਕਿ 1966 ਦੀ ਵੰਡ ਉਹ ਪੰਜਾਬੀਆਂ ਨਾਲ ਤੱਕਾ ਸੀਗੀ ਹਰਿਆਣੇ ਨੂੰ ਪੰਜਾਬ ਤੋਂ ਅਲੱਗ ਕਰਨਾ ਹਿਮਾਚਲ ਨੂੰ ਪੰਜਾਬ ਤੋਂ ਅਲੱਗ ਕਰਨਾ ਕਿਤੇ ਨਾ ਕਿਤੇ ਪੰਜਾਬੀਆਂ ਨਾਲ ਤੱਕਾ ਕਹਿੰਦੇ ਕੀਤਾ ਗਿਆ ਸੀਗਾ ਪਰ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੇਖਾਂਗੇ ਕਿ ਉਹ ਜਿਹੜੀ ਵੰਡ ਹੋਈ ਸੀਗੀ 1966 ਵਾਲੀ ਉਹ ਕਿਉਂ ਹੋਈ ਸੀਗੀ ਕਿ ਸੱਚੀ ਪੰਜਾਬ ਨਾਲ ਤੱਕਾ ਹੋਇਆ ਸੀਗਾ ਜਾਂ ਉਹ ਪੰਜਾਬ ਦੇ ਪੱਖ ਦੀ ਗੱਲ ਸੀਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਇਨਫੋਰਮੇਸ਼ਨ ਵਾਲੀ ਵੀਡੀਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਇਸ ਬਹੁਤ ਹੀ ਇਨਫੋਰਮੇਸ਼ਨ ਵਾਲੀ ਵੀਡੀਓ ਦੇ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਬੜੇ ਹੀ ਠਰਮੇ ਦੇ ਨਾਲ ਮੈਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੂੰਗਾ ਸਹੀ ਹੈ ਜਾਂ ਗਲਤ ਤੁਸੀਂ ਡਿਸਾਈਡ ਕਰਨਾ ਮੈਂ ਤੁਹਾਨੂੰ ਜਸਟ ਫੈਕਟ ਦਊਂਗਾ ਡਾਟਾ ਦਊਂਗਾ ਇਨਫੋਰਮੇਸ਼ਨ ਦਊਂਗਾ ਮੇਰਾ ਕੋਈ ਵੀ ਖੁਦ ਦੀ ਜੱਜਮੈਂਟ ਨਹੀਂ ਹੋਊਗੀ ਜੱਜਮੈਂਟ ਤੁਸੀਂ ਦਿਓਗੇ ਕਮੈਂਟ ਬਾਕਸ ਦੇ ਵਿੱਚ ਕੀ ਅੱਜ ਦਾ ਦਿਨ ਜਿਹੜਾ ਹੈਗਾ ਉਹ ਪੰਜਾਬ ਦਾ ਜਿਹੜਾ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਨਕਸ਼ੇ ਨੂੰ ਉਹ ਸਹੀ ਸੀ ਜਾਂ ਗਲਤ ਸੀਗਾ ਕਰਦੇ ਹਾਂ ਫੇਰ ਸ਼ੁਰੂਆਤ ਸੋ ਇੱਕ ਸਮਾਂ ਸੀਗਾ ਜਦੋਂ ਅੰਗਰੇਜ਼ ਸੀਗੇ ਸਾਡੇ ਦੇਸ਼ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਇਸ ਪੰਜਾਬ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਸੀਗਾ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਕੋਲ ਪੰਜਾਬ ਸੀਗਾ ਉਸ ਦਾ ਹਿੱਸਾ ਜੰਮੂ ਵਾਲਾ ਕਸ਼ਮੀਰ ਨਹੀਂ ਸੀਗਾ ਉਸ ਦਾ ਹਿੱਸਾ ਪਾਕਿਸਤਾਨ ਵਾਲਾ ਪੰਜਾਬ ਸੀ ਸਾਡਾ ਮੌਜੂਦਾ ਪੰਜਾਬ ਸੀਗਾ ਹਿਮਾਚਲ ਦਾ ਕੁਝ ਹਿੱਸਾ ਸੀਗਾ ਤੇ ਹਰਿਆਣਾ ਦਾ ਹਿੱਸਾ ਸੀਗਾ ਯਾਨੀ ਹਰਿਆਣਾ ਸਾਰਾ ਹੀ ਸੀਗਾ ਕਿਉਂਕਿ ਉਸ ਸਮੇਂ ਹਰਿਆਣਾ ਹੈ ਹੀ ਨਹੀਂ ਸੀਗਾ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਜਾਂਦੇ ਆ ਦੇਸ਼ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਇੱਕ ਹਿੱਸਾ ਪਾਕਿਸਤਾਨ ਤੇ ਦੂਜਾ ਭਾਰਤ ਪੰਜਾਬ ਵੀ ਅੱਧਾ-ਅੱਧਾ ਹੋ ਜਾਂਦਾ ਹੁਣ ਪੰਜਾਬ ਕਿਉਂ ਵੰਡਿਆ ਗਿਆ ਆਪਾਂ ਜ਼ਰੂਰ ਦੇਖਾਂਗੇ ਲੇਕਿਨ ਉਸ ਤੋਂ ਬਾਅਦ 1947 ਤੋਂ ਬਾਅਦ ਜਦੋਂ 1966 ਦੇ ਵਿੱਚ ਫਿਰ ਤੋਂ ਪੰਜਾਬ ਦੀ ਵੰਡ ਹੁੰਦੀ ਹੈ ਜਾਇ ਇਹ ਕਹਿ ਲਓ ਪੰਜਾਬ ਦੀ ਵੰਡ ਜਾਣ ਬੁੱਝ ਕੇ ਅਸੀਂ ਆਪ ਕਰਾਈ ਆ ਇਹ ਵੀ ਤੁਸੀਂ ਦੇਖੋਗੇ ਵੀ ਕੀ ਮਤਲਬ ਇਸ ਚੀਜ਼ ਦਾ ਸੋ ਫਿਰ ਹਰਿਆਣਾ ਲੱਗੂਗਾ ਹਿਮਾਚਲ ਲੱਗੂਗਾ ਤੇ ਸਾਡੇ ਕੋਲੇ ਆ ਪੰਜਾਬ ਰਹਿ ਗਿਆ ਜਿਹੜਾ ਅੱਜ ਦੇ ਵਿੱਚ 23 ਜ਼ਿਲ੍ਹੇ ਆ ਸੋ ਇਹ ਪੰਜਾਬ ਕਿਵੇਂ ਇੱਥੇ ਤੱਕ ਪਹੁੰਚਾ ਤੇ ਕੁਝ ਸਵਾਲ ਤੁਹਾਡੇ ਵੀ ਕਾਸ਼ 1947 ਦੇ ਵਿੱਚ ਪੰਜਾਬ ਵੰਡ ਹੁੰਦਾ ਨਾ ਵੰਡ ਹੁੰਦਾ ਤੁਹਾਡਾ ਸਵਾਲ ਹੋ ਸਕਦਾ ਕਾਸ਼ ਹਰਿਆਣਾ ਹਿਮਾਚਲ ਅਲੱਗ ਹੁੰਦੇ ਨਾ ਹੁੰਦੇ ਤੁਹਾਡਾ ਸਵਾਲ ਹੋ ਸਕਦਾ ਆ ਸੋ ਜਿਹੜੀ ਵੰਡ ਹੋਈ ਹੈ ਨਾ ਇਹਦੇ ਪਿੱਛੇ ਕਿਦਾਂ ਲੱਗੇ ਤੇ ਆ ਸਾਡੇ ਭਾਈ ਸਾਹਿਬ ਸੀ ਜਿਨ੍ਹਾਂ ਦਾ ਨਾਮ ਹੈਗਾ ਮਾਸਟਰ ਤਾਰਾ ਸਿੰਘ ਜੀ 1947 ਦੀ ਆਜ਼ਾਦੀ ਤੋਂ ਪਹਿਲਾਂ ਹੀ ਇਹਨਾਂ ਨੇ ਪੰਜਾਬੀ ਸੂਬਾ ਲਹਿਰ ਚਲਾਈ ਸੀ ਇਹ ਚਾਹੁੰਦੇ ਸੀਗੇ ਇੱਕ ਅਲੱਗ ਤੋਂ ਸਿੱਖ ਸਟੇਟ ਬਣਾਣੀ ਪਰ ਅੰਗਰੇਜ਼ਾਂ ਨਾਲ ਜਦੋਂ ਗੱਲਬਾਤ ਹੋਈ ਅੰਗਰੇਜ਼ਾਂ ਨੇ ਆਪਣੇ ਪੱਖ ਰੱਖੇ ਉਦੋਂ ਬਾਅਦ ਫਿਰ ਡਿਸੀਜਨ ਇਹ ਲਿਆ ਗਿਆ ਕਿ ਅਸੀਂ ਇੰਡੀਆ ਦੇ ਨਾਲ ਜਿਹੜਾ ਹੈਗਾ ਪੰਜਾਬ ਉਹ ਆਪਣੇ ਆਪ ਨੂੰ ਸੇਫ ਸਮਝਦਾ ਹੈ ਕਿਉਂਕਿ ਇੱਕ ਸੈਕੂਲਰ ਕੰਟਰੀ ਹੈ ਇੰਡੀਆ ਉਸ ਸਮੇਂ ਦੋ ਆਪਸ਼ਨ ਸੀਗਾ ਜਾਂ ਤਾਂ ਪੰਜਾਬ ਪਾਕਿਸਤਾਨ ਦੇ ਨਾਲ ਜਾਂਦਾ ਜਾਂ ਫਿਰ ਪੰਜਾਬ ਇੰਡੀਆ ਦੇ ਨਾਲ ਆਉਗਾ ਪਾਕਿਸਤਾਨ ਇੱਕ ਕਹਿੰ ਲੋ ਰਿਲੀਜੀਅਸ ਕੰਟਰੀ ਬਣ ਚੁੱਕੀ ਸੀਗੀ ਤੇ ਸਾਨੂੰ ਪਤਾ ਸੀਗਾ ਰਿਲੀਜੀਅਸ ਕੰਟਰੀ ਦੇ ਵਿੱਚ ਹਮੇਸ਼ਾ ਹੀ ਜਿਹੜਾ ਧਰਮ ਉਥੋਂ ਦਾ ਪ੍ਰਾਇੋਰਟੀ ਤਾਊਗਾ ਉਦੀ ਹੀ ਸਾਰੀਆਂ ਜਿਹੜੀਆਂ ਗੱਲਾਂ ਹੋ ਮੰਨੀਆਂ ਜਾਣਗੀਆਂ ਤੇ ਉਸ ਸਮੇਂ ਭਾਰਤ ਜਿਹੜਾ ਆ ਉਹ ਇੱਕ ਸੈਕੂਲਰ ਕੰਟਰੀ ਸੀ ਜਿਵੇਂ ਆਪਣਾ ਭਾਰਤ ਸੈਕੂਲਰ ਆ ਸੋ ਫਿਰ ਪੰਜਾਬ ਦੇ ਉਸ ਸਮੇਂ ਦੇ ਲੀਡਰਾਂ ਨੂੰ ਲੱਗਿਆ ਵੀ ਪੰਜਾਬ ਦਾ ਭਾਰਤ ਨਾਲ ਜਾਣਾ ਖਾਸ ਕਰਕੇ ਸਿੱਖ ਕੌਮ ਦਾ ਭਾਰਤ ਨਾਲ ਜਾਣਾ ਹੀ ਜ਼ਿਆਦਾ ਬੈਟਰ ਹੈ ਜੀ ਸੋ ਆਪਾਂ ਭਾਰਤ ਦੇ ਨਾਲ ਆਏ ਆਪਣੇ ਦੇਸ਼ ਦੇ ਨਾਲ ਆਏ ਉਸ ਤੋਂ ਬਾਅਦ ਕਹਿੰਦੇ ਫਿਰ ਕੀ ਹੁੰਦਾ ਆ ਪੰਜਾਬ ਇਦਾਂ ਦਾ ਸੀਗਾ 1951 ਦੇ ਵਿੱਚ ਦੇ ਵਿੱਚ ਪੈਪਸੂ ਵੀ ਸੀਗਾ ਪੰਜਾਬ ਹਿਮਾਚਲ ਤੇ ਹਰਿਆਣਾ 1954 ਦੇ ਵਿੱਚ ਵੀ ਲਗਭਗ ਪੰਜਾਬ ਸੇਮ ਸੀਗਾ ਤੇ 1956 ਦੇ ਵਿੱਚ ਪੈਪਸੂ ਨੂੰ ਪੰਜਾਬ ਦਾ ਹਿੱਸਾ ਬਣਾ ਦਿੱਤਾ ਗਿਆ ਆ 1966 ਦੇ ਵਿੱਚ ਹਰਿਆਣਾ ਹਿਮਾਚਲ ਅਲੱਗ-ਅਲੱਗ ਤੇ ਪੰਜਾਬ ਅਲੱਗ-ਅਲੱਗ ਆ ਸਾਡੇ ਕੋਲ ਪੰਜਾਬ ਜਿਹੜਾ ਹੋ 1966 ਦੇ ਵਿੱਚ ਆ ਚੁੱਕਾ ਹੈ ਹੁਣ ਇਹਨੂੰ ਸਮਝਣ ਦੀ ਲੋੜ ਆ ਤੁਹਾਡਾ ਸਵਾਲ ਹੈ ਕਿ ਸਰ ਕਿਉਂ ਹੋਇਆ ਇੱਕ ਗੱਲ ਧਿਆਨ ਚ ਰੱਖਿਓ 1947 ਵਾਲੀ ਵੰਡ ਜਿਹੜੀ ਆ ਹੋਈ ਸੀਗੀ ਧਰਮ ਦੇ ਆਧਾਰ ਦੇ ਉੱਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਧਰਮ ਦੇ ਲੋਕਾਂ ਦੀ ਬਹੁਮਤਤਾ ਸੀਗੀ ਯਾਨੀ ਕਿ ਮੈਕਸਿਮਮ ਜਿਹੜੇ ਲੋਕ ਸੀਗੇ ਮੈਜੋਰਿਟੀ ਸੀਗੀ ਉਹਨਾਂ ਨੂੰ ਉਹ ਏਰੀਆ ਦੇ ਦਿੱਤਾ ਗਿਆ ਜਦੋਂ ਪੰਜਾਬ ਦੀ ਗੱਲ ਕਰੀਏ ਜੇ ਮੈਂ ਤੁਹਾਨੂੰ ਇਥੇ ਨਕਸ਼ਾ ਦਿਖਾਵਾਂ ਇਹ ਜਿਹੜਾ ਸਾਡੇ ਕੋਲੇ ਇਹ ਵਾਲਾ ਪੰਜਾਬ ਆ ਜਿਹੜਾ ਇਧਰਲਾ ਹਿੱਸਾ ਅਸੀਂ ਦੇਖ ਰਹੇ ਹਾਂ ਇਸ ਏਰੀਏ ਵਿੱਚ ਮੈਜੋਰਿਟੀ ਆਫ ਲੋਕ ਜਿਹੜੇ ਸਿਗੇ ਉਹ ਆਪਣੇ ਮੁਸਲਿਮ ਲੋਕ ਸਿਗੇ ਸੋ ਤਾਂ ਕਰਕੇ ਇਹ ਏਰੀਆ ਸਿਗੇ ਉਹ ਪੰਜਾਬੀ ਭਾਸ਼ਾ ਉਹਨਾਂ ਦੀ ਪੰਜਾਬੀ ਸੀਗੀ ਪਰ ਦੇਸ਼ ਦੀ ਵੰਡ ਉਸ ਸਮੇਂ ਭਾਸ਼ਾ ਦੇ ਆਧਾਰ ਤੇ ਨਹੀਂ ਸੀ ਹੋਈ ਦੇਸ਼ ਦੀ ਵੰਡ ਹੋਈ ਸੀਗੀ ਧਰਮ ਦੇ ਆਧਾਰ ਤੇ ਉੱਤੇ ਸੋ ਤਾਂ ਕਰਕੇ ਜਿਹੜੇ ਧਰਮ ਦੇ ਲੋਕ ਉਸ ਏਰੀਆ ਵਿੱਚ ਸਿਗੇ ਉਹ ਏਰੀਆ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਜਿਹੜਾ ਬਾਕੀ ਦਾ ਪੰਜਾਬ ਸੀਗਾ ਉਸ ਪੰਜਾਬ ਦੇ ਵਿੱਚ ਆਪਣੇ ਸਿੱਖ ਤੇ ਆਪਣੇ ਹਿੰਦੂ ਜਿਹੜੇ ਉਹ ਰਹਿੰਦੇ ਸੀਗੇ ਤਾਂ ਕਰਕੇ ਇਹ ਭਾਰਤ ਦੇ ਕੋਲ ਆ ਗਿਆ ਹੁਣ ਉਸ ਤੋਂ ਬਾਅਦ ਫਿਰ ਜਿਹੜਾ ਸਾਡੇ ਕੋਲੇ ਇਹ ਵਾਲਾ ਪੰਜਾਬ ਆ 1956 ਵਾਲਾ ਇਹਦੇ ਵਿੱਚ ਦੇਖੀਏ ਤਾਂ ਇਹਦੇ ਵਿੱਚ ਵੀ ਜਿਹੜੇ ਸੀਗੇ ਸਾਡੇ ਸਿੱਖ ਤੇ ਸਾਡੇ ਹਿੰਦੂ ਜਿਹੜੇ ਸੀਗੇ ਉਹ ਰਹਿ ਰਹੇ ਨੇ ਇਸ ਪੰਜਾਬ ਦੇ ਵਿੱਚ ਲੇਕਿਨ ਜਿਹੜੇ ਲੀਡਰ ਸੀਗੇ ਉਹ ਚਾਹੁੰਦੇ ਸੀਗੇ ਕਿ ਸਾਨੂੰ ਇੱਕ ਇਦਾਂ ਦਾ ਏਰੀਆ ਮਿਲੇ ਜਿੱਥੇ ਸਿੱਖ ਲੋਕ ਮੈਜੋਰਟੀ ਦੇ ਵਿੱਚ ਹੋਣ ਕਿਉਂਕਿ ਜਿਵੇਂ 1956 ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਆਪਣੇ ਹਿੰਦੂ ਸੀਗੇ ਉਹ ਮੈਜੋਰਟੀ ਵਿੱਚ ਸੀਗੇ ਲੇਕਿਨ ਉਸ ਸਮੇਂ ਦੇ ਲੀਡਰ ਅਕਾਲੀ ਲੀਡਰ ਹੋਣੀ ਚਾਹੁੰਦੇ ਸੀਗੇ ਕਿ ਨਹੀਂ ਸਾਡੇ ਕੋਲ ਆਪਣਾ ਇੱਕ ਇਦਾਂ ਦਾ ਏਰੀਆ ਹੋਵੇ ਜਿੱਥੇ ਸਿੱਖ ਲੋਕ ਮੈਜੋਰਟੀ ਵਿੱਚ ਹੋਣ ਲੇਕਿਨ ਸਾ ਇੱਕ ਸੈਕੂਲਰ ਦੇਸ਼ ਦੇ ਵਿੱਚ ਇੱਕ ਧਰਮ ਦੇ ਆਧਾਰ ਤੇ ਅਲੱਗ ਮਤਲਬ ਇੱਕ ਸਟੇਟ ਦੀ ਡਿਮਾਂਡ ਕਰਨੀ ਸਟੇਟ ਮਤਲਬ ਰਾਜ ਦੀ ਡਿਮਾਂਡ ਕਰਨੀ ਉਹ ਨਹੀਂ ਸੀ ਹੋ ਸਕਦੀ ਪੋਸੀਬਲ ਤਾਂ ਕਰਕੇ ਇਹਨਾਂ ਨੇ ਪੰਜਾਬੀ ਸੂਬਾ ਲਹਿਰ ਚਲਾਈ ਸੀਗੀ 1948 ਦੇ ਵਿੱਚ ਪਾਸ਼ਾ ਦੇ ਹੱਦ ਤੇ ਮੰਗ ਕੀਤੀ ਗਈ ਸੀਗੀ ਪੰਜਾਬ ਦੀ ਕਿਉਂਕਿ ਪਤਾ ਸੀਗਾ ਕਿ ਮੈਜੋਰਟੀ ਆਫ ਜਿਹੜੇ ਸਿੱਖ ਆ ਉਹ ਪੰਜਾਬ ਸਾਰੇ ਸਿੱਖ ਪੰਜਾਬੀ ਹੀ ਬੋਲਦੇ ਤਾਂ ਕਰਕੇ ਡਿਮਾਂਡ ਕੀਤੀ ਗਈ ਸੀਗੀ ਪੰਜਾਬੀ ਸੂਬਾ ਪੰਜਾਬੀ ਸੂਬਾ ਮੂਵਮੈਂਟ ਚੱਲੀ ਤੇ ਪੰਜਾਬੀ ਸੂਬੇ ਦੀ ਡਿਮਾਂਡ ਕੀਤੀ ਗਈ ਹੁਣ ਜੇ ਮੈਂ ਦੇਖਾਂ 1947 ਤੋਂ ਪਹਿਲਾਂ ਸਾਡੇ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਪੋਪੂਲੇਸ਼ਨ ਦੀ ਪਰਸੈਂਟੇਜ ਕੀ ਸੀਗੀ ਕਿਉਂਕਿ 1947 ਵਿੱਚ ਵੰਡ ਹੋਈ ਹੈ ਨਾ ਸੋ ਜੇ ਤੁਸੀਂ ਦੇਖੋਗੇ 191881 ਦਾ ਡਾਟਾ ਦੱਸਦਾ ਹੈ ਕਿ ਪੂਰਾ ਪੰਜਾਬ ਜਿਹੜਾ ਆਜ਼ਾਦੀ ਤੋਂ ਪਹਿਲਾਂ ਵਾਲਾ ਉੱਥੇ 47% ਇਸਲਾਮ ਧਰਮ ਨਾਲ ਸੰਬੰਧਿਤ ਲੋਕ ਸੀਗੇ 43-44% ਆਪਣੇ ਹਿੰਦੂ ਧਰਮ ਨਾਲ ਸੰਬੰਧਿਤ ਲੋਕ ਸੀਗੇ ਤੇ 8% ਦੇ ਨੇੜੇ ਸਿੱਖ ਸੀਗੇ ਸੋ ਜਿਹੜਾ 1947 ਤੋਂ ਪਹਿਲਾਂ ਦਾ ਪੰਜਾਬ ਆ ਨਾ ਜਿਹੜਾ ਕਈ ਲੋਕਾਂ ਦਾ ਦਰਦ ਝਲਕਦਾ ਵਿਕਾਸ ਵੰਡ ਨਾ ਹੁੰਦੀ ਬਾਈ ਉੱਥੇ ਸਿਰਫ 8% ਸੀਗੇ ਸਿੱਖ ਧਰਮ ਦੇ ਲੋਕ ਤੇ 8% ਜਦੋਂ ਡੈਮੋਕ੍ਰੇਸੀ ਵਿੱਚ ਦੇਖੇ ਜਾਂਦੇ ਆ ਨਾ ਉੱਥੇ ਸਰਕਾਰਾਂ ਨਹੀਂ ਬਣਦੀਆਂ ਹੁੰਦੀਆਂ ਉਦੋਂ ਬਾਅਦ 191892 ਦੀ ਗੱਲ ਕਰ ਲਓ 1901 ਦੀ ਗੱਲ ਕਰ 1911 ਦੀ ਗੱਲ ਕਰ ਲਓ 1921 1931 ਤੇ 1941 1941 ਤੱਕ ਆਉਂਦੇ ਆਉਂਦੇ 53% ਪੂਰੇ ਪੰਜਾਬ ਦੇ ਵਿੱਚ ਜਿਹੜਾ ਚਾਹੇ ਪਾਕਿਸਤਾਨ ਵਾਲਾ ਚਾਹੇ ਆਪਣੇ ਵਾਲਾ 53% ਇਸਲਾਮ ਧਰਮ ਦੇ ਲੋਕ ਸੀਗੇ 30% Hindu ਧਰਮ ਦੇ ਲੋਕ ਸੀਗੇ ਤੇ 14 15% ਸਿਰਫ ਸਿੱਖ ਧਰਮ ਦੇ ਲੋਕ ਸੀਗੇ ਸੋ 1941 ਤੱਕ ਵੀ ਆਪਾਂ ਪੂਰੇ ਪੰਜਾਬ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਮੈਜੋਰਿਟੀ ਵਿੱਚ ਨਹੀਂ ਸੀਗੇ ਫਿਰ ਉਹ ਵੀ ਸਵੰਡ ਹੋਣੀ ਆ ਮੈਜੋਰਟੀ ਆਫ ਹਿੱਸਾ ਜਿਹੜਾ ਸੀਗਾ ਉਹ ਇਸਲਾਮ ਧਰਮ ਦੇ ਲੋਕਾਂ ਨੂੰ ਮਿਲਣਾ ਸੀਗਾ ਕਿਉਂਕਿ 50% ਤੋਂ ਜ਼ਿਆਦਾ ਇਹੀ ਲੋਕ ਰਹਿੰਦੇ ਸੀਗੇ ਇਸਲਾਮ ਧਰਮ ਦੇ ਲੋਕ ਇਸ ਏਰੀਆ ਵਿੱਚ ਸੋ ਮਿਲ ਗਿਆ ਉਸ ਤੋਂ ਬਾਅਦ ਆਜ਼ਾਦੀ ਮਿਲ ਗਈ ਤੇ ਆਜ਼ਾਦੀ ਤੋਂ ਬਾਅਦ ਜਿਹੜਾ ਪੰਜਾਬ ਸੀਗਾ ਉਹ ਵੀ ਦੇਖ ਲੈ ਕਿਦਾਂ ਦਾ ਸੀਗਾ ਹੁਣ ਜਿਵੇਂ 1951 ਦੇ ਡਾਟੇ ਦੇ ਉੱਤੇ ਆਵਾਂ ਜਿਹੜਾ ਸਾਡਾ ਭਾਰਤ ਦੇ ਵਿੱਚ ਸਾਡਾ ਪੰਜਾਬ ਸੀਗਾ ਉਸ ਦੀ ਗੱਲ ਕਰੀਏ ਤਾਂ 1951 ਦੇ ਵਿੱਚ ਜਿਹੜਾ ਡਾਟਾ ਸਾਡੇ ਕੋਲ ਆ ਉਹਦੇ ਅਕੋਰਡਿੰਗ 35% ਲਗਭਗ ਸਿੱਖ ਸੀਗੇ ਪੂਰੇ ਪੰਜਾਬ ਦੇ ਵਿੱਚ ਜਿਹਨੂੰ ਮੈਂ ਕਹਦਾ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਇਸੇ ਸਮੇਂ 1951 ਦੇ ਵਿੱਚ ਆਪਣੇ Hindu ਵੀਰ ਸੀਗੇ 64% ਪੰਜਾਬ ਹਿਮਾਚਲ ਤੇ ਹਰਿਆਣਾ ਦੇ ਵਿੱਚ ਮੈਂ ਤਾਂ ਸਿੰਪਲੀਫਾਈ ਕਰ ਰਿਹਾ ਕਿਉਂਕਿ ਇਹ ਸਾਨੂੰ ਪਤਾ ਲੱਗ ਜਵੇ 1961 ਹੁਣ ਦੇਖੋ 1961 ਦੀ ਫਿਰ ਜਨਗਣਨਾ ਦੁਬਾਰਾ ਤੋਂ ਹੋਈ ਓਬਵੀਅਸ ਹੈ 1961 ਪੰਜਾਬ ਵੱਖਰਾ ਹੋਇਆ ਨਾ ਉਹ ਤੱਕ ਅਸੀਂ ਇਕੱਠੇ ਸੀਗੇ ਸੋ 1961 ਦੇ ਵਿੱਚ ਅਸੀਂ ਲਗਭਗ 33% Hindu ਵੀਰ 63% ਦੇ ਬਾਕੀ 3% ਦੇ ਲਗਭਗ ਹੁਣ 1966 ਦੇ ਵਿੱਚ ਵੰਡ ਹੋਈ ਹਰਿਆਣਾ ਨਾਲ ਅਲੱਗ ਕੀਤਾ ਹਿਮਾਚਲ ਅਲੱਗ ਕੀਤਾ ਅੱਜ ਦਾ ਪੰਜਾਬ ਸਾਡੇ ਕੋਲ ਆਇਆ ਜਦੋਂ ਅੱਜ ਦਾ ਪੰਜਾਬ ਸਾਡੇ ਕੋਲ ਆਇਆ ਫਿਰ 5 ਸਾਲ ਬਾਅਦ ਦੁਬਾਰਾ ਤੋਂ ਜਨਸੰਖਿਆ ਦੀ ਗਿਣਤੀ ਹੋਈ ਤਾਂ ਉਸ ਤੋਂ ਬਾਅਦ ਜਨਗਣਨਾ ਕੀ ਕਹਿੰਦੀ ਹੈ ਕਹਿੰਦੇ ਜੀ ਜਿਹੜੇ ਸਿੱਖ ਧਰਮ ਦੇ ਲੋਕ ਆ ਜੋ ਕਿ 1961 10 ਸਾਲ ਪਹਿਲਾਂ ਪੰਜਾਬ ਹਰਿਆਣਾ ਹਿਮਾਚਲ ਜਦੋਂ ਇਕੱਠਾ ਸੀਗਾ ਸਿਰਫ 33% ਸੀਗੇ ਅੱਜ ਉਹ 60% ਹੋ ਚੁੱਕੇ ਆ ਮੌਜੂਦਾ ਪੰਜਾਬ ਦੇ ਵਿੱਚ ਕਿਉਂਕਿ ਜ਼ਿਆਦਾਤਰ ਸੀਗੇ ਇੱਥੇ ਸੋ ਏਰੀਆ ਛੋਟਾ ਹੋ ਗਿਆ ਸਾਡੀ ਜਨਸੰਖਿਆ ਉੱਥੇ ਵਧ ਗਈ ਹਿੰਦੂ ਵੀਰਾਂ ਦੀ ਗੱਲ ਕਰੀਏ ਤਾਂ 37% ਨੇ ਮੌਜੂਦਾ ਪੰਜਾਬ ਦੇ ਵਿੱਚ ਕਹਿੰਦੇ 1971 ਦੇ ਵਿੱਚ ਤੇ ਬਾਕੀ ਧਰਮਾਂ ਦੀ ਗੱਲ ਕਰ ਲਈਏ 28% ਸੀਗੇ ਇਹ ਸਾਡੇ ਕੋਲ ਡਾਟਾ ਜਿਹੜਾ ਹੈਗਾ 1961 ਤੇ 1971 ਦਾ ਸੈਂਸ ਦਾ ਤੁਸੀਂ ਆਪ ਸੋਚੋ ਕਿਉਂਕਿ ਡੈਮੋਕ੍ਰੇਸੀ ਵਿੱਚ ਨੰਬਰ ਮੈਟਰ ਕਰਦੇ ਆ ਕੋਈ ਮੰਨੇ ਨਾ ਮੰਨੇ ਡੈਮੋਕ੍ਰੇਸੀ ਵਿੱਚ ਕਦੇ ਵੀ ਭਾਸ਼ਾ ਦੇ ਆਧਾਰ ਤੇ ਮੁੱਖ ਮੰਤਰੀ ਨਹੀਂ ਚੁਣੇ ਜਾਂਦੇ ਜੇ ਮੁੱਖ ਮੰਤਰੀ ਚੁਣੇ ਜਾਂਦੇ ਆ ਤਾਂ ਉਹ ਵੋਟਾਂ ਨਾਲ ਚੁਣੇ ਜਾਂਦੇ ਆ ਤੇ 1947 ਦੇ ਵਿੱਚ 1948 ਦੇ ਵਿੱਚ ਉਹ ਲੀਡਰ ਜਿਨ੍ਹਾਂ ਨੂੰ ਅੱਜ ਕਈ ਲੋਕ ਕਹਿੰਦੇ ਨੇ ਨਾ ਕਿ ਇਹਨਾਂ ਨੂੰ ਕੀ ਪਤਾ ਸੀਗਾ ਇਹਨਾਂ ਨੇ ਤਾਂ ਉਹੀ ਕਰਤਾ ਆ ਸੈਂਟੀਮੈਂਟਲ ਹੋ ਕੇ ਸਾਨੂੰ ਤਾਂ ਜੀ ਧੱਕਾ ਕਰਤਾ ਸਾਡੇ ਨਾਲ ਨਹੀਂ 1948 ਤੋਂ ਲੈ ਕੇ 1966 ਤੱਕ ਉਹਨਾਂ ਬੰਦਿਆਂ ਨੇ 18-19 ਸਾਲ ਸੰਘਰਸ਼ ਕੀਤਾ ਸੀਗਾ ਕਿਸੇ ਨੇ ਧੱਕੇ ਨਾਲ ਨਹੀਂ ਸੀ ਹਰਿਆਣਾ ਲੱਗ ਕੀਤਾ ਕਿਸੇ ਨੇ ਧੱਕੇ ਨਾਲ ਹਿਮਾਚਲ ਨਹੀਂ ਲੱਗ ਕੀਤਾ 18-19 ਸਾਲ ਦਾ ਸੰਘਰਸ਼ ਕੀਤਾ ਅਕਾਲੀ ਲੀਡਰਾਂ ਨੇ ਉਦੋਂ ਬਾਅਦ ਅੱਜ ਦਾ ਪੰਜਾਬ ਮਿਲਿਆ ਸੀਗਾ ਜਿੱਥੇ ਸਿੱਖ ਧਰਮ ਦੇ ਲੋਕ ਜਿਹੜੇ ਸੀਗੇ ਉਹ ਮੈਜੋਰਟੀ ਵਿੱਚ ਆਏ ਹੁਣ ਇਹ ਸਾਡੇ ਕੋਲ ਡਾਟਾ ਆ ਗਿਆ ਓਕੇ ਜੀ ਜੇ ਮੈਂ 1981 ਦੇ ਹਰਿਆਣੇ ਦੀ ਗੱਲ ਕਰਾਂ ਕਿਉਂਕਿ ਫਿਰ ਤੋਂ ਜਨਸੰਖਿਆ ਗਿਣੀ ਗਈ ਸੋ ਜਿਹੜਾ ਹਿੱਸਾ ਸੀ ਅਲੱਗ ਕੀਤਾ ਸੀਗਾ ਉਸ ਦੇ ਵਿੱਚ 85% ਦੇ ਲਗਭਗ ਆਪਣੇ ਹਿੰਦੂ ਵੀਰ ਨੇ 6 ਤੋਂ 7% ਆਪਣੇ ਸਿੱਖ ਵੀਰ ਨੇ ਤੇ 4 ਤੋਂ 5% ਆਪਣੇ ਜਿਹੜੇ ਉਹ ਮੁਸਲਮਾਨ ਵੀਰ ਨੇ 1981 ਦੇ ਡਾਟੇ ਅਕੋਰਡਿੰਗ ਹਰਿਆਣੇ ਦੇ ਵਿੱਚ ਇਹ ਤਾਂ ਹੋ ਗਿਆ ਨੰਬਰ ਹੁਣ ਡੈਮੋਕ੍ਰੇਸੀ ਦੇ ਵਿੱਚ ਨੰਬਰ ਕਿਵੇਂ ਆਪਣਾ ਰੋਲ ਪਲੇ ਕਰਦੇ ਆ ਤੁਸੀਂ ਬੜੀ ਹੀ ਜਿਹਦਾ ਹੈਗਾ ਟੈਕਨੀਕਲ ਹੁਣ ਸਮਝੋਗੇ 1937 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਹੋਏ ਉਹ ਕੁਝ ਕੁ ਹੁੰਦੇ ਨਾ ਲੀਡਰ ਮੈਂ ਦੇਖਿਆ ਜਿਹੜੇ ਇੰਸਟਾਗ੍ਰam ਤੇ ਬੈਠ ਕੇ ਬੜੀਆਂ ਰੀਲਾਂ ਜੀਆਂ ਪਾਉਂਦੇ ਨੇ ਵੀ ਸਾਡੇ ਤਾਂ ਜੀ ਦਿਲ ਟੁੱਟ ਗਏ ਹੋਗਾ ਜਿਵੇਂ ਹੋ ਗਿਆ 1937 ਵਿੱਚ ਪਹਿਲੀ ਵਾਰ ਇਲੈਕਸ਼ਨ ਹੋਏ ਜਿੱਥੇ ਅਸੀਂ 8% ਵਿੱਚ ਸੀਗੇ ਮੁੱਖ ਮੰਤਰੀ ਕੌਣ ਬਣੇ ਸਿਕੰਦਰ ਹਿਆਤ ਖਾਨ ਕਿਉਂਕਿ ਭਾਈ 53% ਸੀਗੇ ਆਪਣੇ ਮੁਸਲਿਮ ਵੀਰ ਉਥੇ ਵੋਟਾਂ ਪੈ ਗਈਆਂ 1947 ਦੇ ਵਿੱਚ ਦੁਬਾਰਾ ਤੋਂ ਸਰਕਾਰ ਬਣਦੀ ਆ ਪੰਜਾਬ 1947 ਵਾਲਾ ਹਾਲਾਂਕਿ ਇਹ ਤੇ ਵੋਟਾਂ ਨਹੀਂ ਸੀ ਪਈਆਂ ਵੋਟਾਂ 1951-52 ਚ ਪਈਆਂ ਦੇਖ ਲੈਣੇ ਆ ਸਭ ਤੋਂ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਆਪਣੇ ਹਿੰਦੂ ਵੀਰ 1952 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਹੋਏ ਪਹਿਲੀ ਵਾਰ ਚੁਣਿਆ ਗਿਆ ਮੁੱਖ ਮੰਤਰੀ ਆ ਬੀਮ ਸਿੰਘ ਸੱਜਰ ਉਸ ਤੋਂ ਬਾਅਦ 1956 ਵਿੱਚ ਪ੍ਰਤਾਪ ਸਿੰਘ ਕੈਰੋਂ ਪਹਿਲੇ ਸਿੱਖ ਮੁੱਖ ਮੰਤਰੀ ਬਣੇ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਸੀਗੇ ਤਾਂ ਕਰਕੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਦੋਂ ਬਾਅਦ ਚਾਹੇ ਆਪਾਂ 1966 ਤੋਂ ਪਹਿਲਾਂ ਦੇਖ ਲਈਏ ਗੋਪੀ ਚੰਦ ਮਾਰਗਵ ਰਾਮਕ੍ਰਿਸ਼ਨ 1966 ਤੱਕ ਇਦਾਂ ਹੀ ਮੁੱਖ ਮੰਤਰੀ ਬਣਦੇ ਰਹੇ ਕਾਰਨ ਕਿਉਂਕਿ ਜਿਹੜੇ ਹਿੰਦੂ ਵੀਰ ਸੀਗੇ ਉਹ ਪੰਜਾਬ ਹਰਿਆਣਾ ਹਿਮਾਚਲ ਵਿੱਚ ਮੈਜੋਰਟੀ ਵਿੱਚ ਸੀਗੇ ਤਿੰਨਾਂ ਸਟੇਟਾਂ ਨੂੰ ਜੜ ਲਾ ਦੀ ਹੈ ਉਸ ਸਮੇਂ ਕਾਲੀ ਲੀਡਰਾਂ ਨੂੰ ਪਤਾ ਸੀਗਾ ਵੀ ਸਾਡੇ ਕੋਲੇ ਇੱਕ ਇਦਾਂ ਦੀ ਸਟੇਟ ਹੋਣੀ ਚਾਹੀਦੀ ਜਿੱਥੇ ਅਸੀਂ ਮੈਜੋਰਟੀ ਵਿੱਚ ਹੋਈਏ ਜਿੱਥੇ ਅਸੀਂ ਹੱਕ ਠੋਕ ਕੇ ਆਪਣੇ ਮੁੱਖ ਮੰਤਰੀ ਨੂੰ ਕਹਿ ਸਕੀਏ ਜਿੱਥੇ ਅਸੀਂ ਮੈਜੋਰਟੀ ਦੀ ਪਾਵਰ ਦਿਖਾ ਸਕੀਏ ਡੈਮੋਕਰੇਸੀ ਵਿੱਚ ਨੰਬਰ ਬੋਲਦੇ ਹੁੰਦੇ ਆ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਸੋ ਜਿਵੇਂ ਹੀ ਅੱਜ ਦਾ ਪੰਜਾਬ ਬਣਿਆ 1966 ਦੇ ਵਿੱਚ ਉਸ ਤੋਂ ਬਾਅਦ ਮੁੱਖ ਮੰਤਰੀਆਂ ਦੀ ਲਿਸਟ ਚੈੱਕ ਕਰ ਲਓ ਕੌਣ ਬਣ ਰਿਹਾ ਗਿਆਨੀ ਗੁਰਮੁਖ ਸਿੰਘ ਗੁਰਨਾਮ ਸਿੰਘ ਲਸ਼ਮਣ ਸਿੰਘ ਗਿੱਲ ਸਾਰੇ ਮੁੱਖ ਮੰਤਰੀ ਚੈੱਕ ਕਰ ਲਓ ਮੈਂ ਕੱਲੇ-ਗੱਲੇ ਨਾਮ ਕੀ ਲੈਣਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਸੋ ਜਿਹੜਾ ਪ੍ਰੋਪੋਗੈਂਡਾ ਚਲਾਇਆ ਜਾਂਦਾ ਨਾ ਜਾਨ ਬੁਝ ਕੇ ਕੁਝ ਇਹਦਾਂ ਦੀਆਂ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੇ ਨੇ ਵੀ ਬੜਾ ਮਾੜਾ ਕਰਤਾ ਜਿਹਾ ਕਰਤਾ ਜੋ ਕਰਤਾ ਉਹ ਨਹੀਂ ਅੱਜ ਜੇ ਅਸੀਂ ਇੱਕ ਜਗ੍ਹਾ ਬੈਠੇ ਆਪਣੇ ਦੇਸ਼ ਦੇ ਵਿੱਚ ਤਾਂ ਸ਼ਾਇਦ ਬਹੁਤ ਖੁਸ਼ ਬੈਠੇ ਆਪਾਂ ਅਸੀਂ ਸਾਡੇ ਲੀਡਰਾਂ ਨੇ ਉਸ ਸਮੇਂ ਦੇ ਨੇ ਬਹੁਤ ਵਧੀਆ ਡਿਸੀਜਨ ਲੈ ਸੀਗੇ ਤੁਸੀਂ ਉਹਨਾਂ ਨੂੰ 100 ਮਾੜਾ ਕਹਿ ਦਿਓ ਉਹਨਾਂ ਨੇ ਕਰਤਾ ਜੋ ਕਰਤਾ ਬਹੁਤ ਚੰਗੇ ਡਿਸੀਜਨ ਲੈ ਗਏ ਸੀਗੇ ਉਸ ਸਮੇਂ ਦੇ ਲੀਡਰਾਂ ਦੇ ਦੁਆਰਾ ਕਿਉਂਕਿ ਅੰਗਰੇਜ਼ਾਂ ਨੇ ਹਾਲਾਂਕਿ ਸਾਡੇ ਦੇਸ਼ ਦੇ ਵਿੱਚ ਭਾਈਚਾਰਕ ਸੰਝ ਸ਼ੁਰੂ ਤੋਂ ਬਹੁਤ ਜ਼ਿਆਦਾ ਸੀਗੀ ਅੰਗਰੇਜ਼ਾਂ ਨੂੰ ਪਤਾ ਸੀਗਾ ਜੇ ਅਸੀਂ ਲੰਬਾ ਇੱਥੇ ਰਾਜ ਕਰਨਾ ਹੈ ਭਾਈਚਾਰਕ ਸਾਂਝ ਇਹਨਾਂ ਦੀ ਤੋੜਨੀ ਪੈਣੀ ਆ ਅੰਗਰੇਜ਼ਾਂ ਨੇ 1909 ਦੇ ਵਿੱਚ ਉਹਦੇ ਵਿੱਚ ਪਹਿਲਾ ਬੀਬੀ ਜਸ ਬਿੱਤਕਰੇ ਪਾਉਣ ਦਾ 1919 ਵਿੱਚ ਦੂਜਾ ਬੀਬੀ ਜਸ ਸਾਰੇ ਭਰਾਵਾਂ ਵਿੱਚ ਬਿੱਤਕਰੇ ਪਾਉਣ ਦਾ ਤੇ 1947 ਵਿੱਚ ਉਸ ਬੀਜ ਨੇ ਜਿਹੜਾ ਪਹਿਲਾ ਬਿੱਤਕਰਾ ਭਰਾਵਾਂ ਵਿੱਚ ਪਾਇਆ ਉਹ ਦੋ ਮੁਲਕਾਂ ਦਾ ਬਣਨਾ ਸੀਗਾ ਤੇ ਉਦੋਂ ਪਤਾ ਸੀਗਾ ਸਿੱਖ ਲੀਡਰਾਂ ਨੂੰ ਵੀ ਅੱਗੇ ਜਾ ਕੇ ਨੰਬਰਾਂ ਦੀ ਵਰਤੋਂ ਹੋਣੀ ਆ ਕਿੱਥੇ ਜ਼ਿਆਦਾ ਮੈਜੋਰਟੀ ਆਫ ਵੋਟਰਸ ਹੈਗੇ ਉਹਨਾਂ ਦੀ ਲੋੜ ਪੈਣੀ ਆ ਅੱਗੇ ਜਾ ਕੇ ਸੋ ਇਸ ਕਰਕੇ ਉਹਨਾਂ ਨੇ 18-19 ਸਾਲ ਸੰਘਰਸ਼ ਕੀਤਾ ਤੇ ਅੱਜ ਕੱਲ ਸਾਡੇ ਬਹੁਤ ਪੜੇ ਲਿਖੇ ਸੂਝਵਾਨ ਜਿਹੜੇ ਬੁੱਧੀਜੀਵੀ ਬੈਠਦੇ ਆ ਸ਼ਾਇਦ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਊਗਾ 1947 ਦੇ ਵਿੱਚ ਪੰਜਾਬ ਹਿੱਸੇ ਜ਼ਿਲ੍ਹੇ ਕਿੰਨੇ ਆਏ ਸੀਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਊਗਾ 1960 ਦੇ ਵਿੱਚ ਪੰਜਾਬ ਹਿੱਸੇ ਜ਼ਿਲ੍ਹੇ ਕਿੰਨੇ ਆਏ ਸੀਗੇ ਅੱਜ ਉਹ ਬੈਠ ਕੇ ਇੰਸਟਾਗ੍ਰam ਤੇ ਗਿਆਨ ਦਿੰਦੇ ਆ ਵੀ ਸਾਡੇ ਤੋਂ ਜੀ ਹਰਿਆਣਾ ਖੋਲਿਆ ਕਿਸੇ ਨੇ ਨਹੀਂ ਖੋਇਆ ਬਾਈ ਦਿੱਲੀ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਉਹਨਾਂ ਨੇ ਖੋਇਆ ਅਸੀਂ ਆਪ 18 ਸੱਤ ਸੰਘਰਸ਼ ਕਰਕੇ ਕਿਹਾ ਸਾਨੂੰ ਅੱਡ ਕਰੋ ਉਹਦਾ ਕਾਰਨ ਤੁਸੀਂ ਦੇਖ ਚੁੱਕੇ ਹੋ ਉਹ ਪਤਾ ਨਹੀਂ ਕਿੱਥੋਂ ਗਿਆਨ ਆਉਂਦਾ ਆ ਸਾਡੇ ਲੋਕਾਂ ਨੂੰ ਭੜਕਾ ਦਿੰਦੇ ਆ ਪੁੱਠੀ ਸਿੱਧੀ ਮਤ ਦੇਂਦੇ ਆ ਵੀ ਸਰਕਾਰਾਂ ਤਾਂ ਇਹ ਕਰਦੀਆਂ ਸਰਕਾਰਾਂ ਜੋ ਕਰਦੀਆਂ ਸਰਕਾਰਾਂ ਦੇ ਵਿਰੋਧ ਦੇ ਵਿੱਚ ਹੁਣ ਸਾਡੇ ਕੋਲ ਮੌਕਾ ਹੈ ਸਾਡੀ ਸਰਕਾਰ ਚੁਣਨ ਦਾ ਤੁਹਾਨੂੰ ਪੰਜਾਬ ਦੀ ਸਰਕਾਰ ਦੇ ਕੰਮ ਪਸੰਦੋਂ ਦੇ ਵੋਟ ਪਾ ਕੇ ਚੁਣ ਲਓ ਨਹੀਂ ਪਸੰਦੋਂ ਦੇ ਨਾ ਚੁਣੋ ਤੁਹਾਨੂੰ ਲੱਗੇ ਸਾਡੇ ਪੱਖ ਦੀ ਗੱਲ ਨਹੀਂ ਕਰਦੇ ਅਗਲੀ ਵਾਰ ਨਾ ਵੋਟਾਂ ਪਾਓ ਤੇ ਜੇ ਅਸੀਂ ਇਕੱਠੇ ਹੁੰਦੇ ਸਾਰੇ ਤਾਂ ਫਿਰ ਤੁਹਾਡੇ ਕੋਲ ਸ਼ਾਇਦ ਇਹ ਮੌਕਾ ਵੀ ਨਾ ਹੁੰਦਾ ਸੋ ਜਦੋਂ ਚੀਜ਼ ਕਹਿਣੀ ਹੁੰਦੀ ਆ ਤੁਸੀਂ ਵੀ ਪੰਜਾਬ ਵਾਸੀ ਨੂੰ ਮੇਰੀ ਬੇਨਤੀ ਆ ਵੀ ਜ਼ਰੂਰੀ ਚੀਜ਼ਾਂ ਸੋਚਿਆ ਕਰੋ ਵਿਚਾਰਿਆ ਕਰੋ ਪੜ੍ਹਾਈ ਲਿਖਾਈ ਸਭ ਤੋਂ ਵੱਡੀ ਪਾਵਰ ਹੈ ਪੜ੍ਹਿਆ ਲਿਖਿਆ ਕਰੋ ਰਿਸਰਚ ਕਰ ਲਿਆ ਕਰੋ ਥੋੜੀ ਬਹੁਤ ਬਾਕੀ ਕਿਦਾਂ ਦੀ ਲੱਗੀ ਇਨਫੋਰਮੇਸ਼ਨ ਤੇ ਕੀ ਪੰਜਾਬ ਦੀ ਵੰਡ ਸਹੀ ਸੀ ਜਾਂ ਗਲਤ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਮੈਂ ਡਾਟਾ ਦੇ ਅਕੋਰਡਿੰਗ ਤੁਹਾਨੂੰ ਦੱਸਿਆ ਜਾ ਮੇਰਾ ਆਪ ਦਾ ਕੋਈ ਪਰਸਨਲ ਥੀ ਵਿਊ ਨਹੀਂ ਹੈਗਾ ਲੇਕਿਨ ਹਾਂ ਜੋ ਰਿਸਰਚ ਕੀਤੀ ਜੋ ਡਾਟਾ ਨਿਕਲਿਆ ਉਥੋਂ ਹੀ ਪਤਾ ਲੱਗਦਾ ਆ ਵੀ ਕੀ ਸਾਡੇ ਕੋਲ ਰਿਜ਼ਲਟ ਹੈਗਾ ਸੀ ਤੇ ਕੀ ਹੋਣਾ ਸੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਤੇ ਵਧੀਆ ਲੱਗੇ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਹਾਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਿਓ ਜੀ ਜਉਂਦੇ ਵਾਸਤੇ ਰਹੋ ਰੱਬ ਖੈਰ ਕਰੇ ਜੀ ਸਸਰੀ ਗਾ ਸਾਰਿਆਂ ਨੂੰ ਬਾਏ ਬਾਏ